ਅੱਜ ਪੰਜਾਬ ਦੇ ਇੱਕ ਐਸੇ ਪਿੰਡ ਲੈ ਕੇ ਆਏ ਆ ਜਿੱਥੇ ਦੇ ਕੁੱਤੇ ਵੀ ਕਰੋੜਪਤੀ ਤੇ ਅਰਬਾਪਤੀ ਨੇ ਪਿੰਡ ਦੇ ਵਿੱਚ ਇਹ ਮੰਨਤਾ ਵੀ ਹੈ ਕਿ ਆਪ ਬੁਰਕੀ ਬਾਅਦ ਚੋਂ ਪਾਈ ਜਾਂਦੀ ਹੈ ਆਪਣੇ ਮੂੰਹ ਦੇ ਵਿੱਚ ਤੇ ਪਰ ਇਹਨਾਂ ਕੁੱਤਿਆਂ ਨੂੰ ਇਹਨਾਂ ਦਰਵੇਸ਼ਾਂ ਨੂੰ ਬੁਰਕੀ ਪਹਿਲਾਂ ਪਾਈ ਜਾਂਦੀ ਹੈ ਪਹਿਲਾਂ ਅੰਨ ਪਾਣੀ ਕੁੱਤਿਆਂ ਨੂੰ ਮਿਲਦਾ ਬਾਅਦ ਮਾ ਆਪਣਾ 3 ਰੁੱਕੇ ਭਜਦੀਆਂ ਪਹਿਲਾਂ ਕੁੱਤਿਆਂ ਨੂੰ ਅੰਨ ਪਾਣੀ ਫਿਰ ਆਪਣੇ ਬਾਹਰ ਹੈ ਕੋਈ ਜਿੰਨੇ ਵੀ ਹੈ 10 ਹੈ 5 ਹੈ ਉਹਨਾਂ ਨੂੰ ਨੰਪਣੀ ਮਿਲੇਗੀ ਯਾਨੀ ਪਹਿਲਾਂ ਕੁੱਤੇ ਨੂੰ ਨੱਚਕਾਇਆ ਜਾਂਦਾ ਇਹ ਪਿੰਡ ਦੇ ਵਿੱਚ ਮਾਨਤਾ ਹੈ ਇਹ ਮਾਨਤਾ ਪੂਰੀ ਹੈ ਜੀ ਯਾਨੀ ਉਹ ਇਹਦਾ ਫਿਰ ਕੁੱਤੇ ਪੂਰੀ ਐਸ਼ ਕਰਦੇ ਹੈ ਪੂਰੀ ਐਸ਼ ਲੱਸੀ ਮਿਲਾ ਇਹਨਾਂ ਨੂੰ ਹੋਰਾਂ ਨੂੰ ਨਾ ਮਿਲਾ ਗਰਮੀ ਮਾ ਇਹਨਾਂ ਨੂੰ ਲੱਸੀ ਪਾਵेंगे ਯਾਨੀ ਦੁੱਧ ਵੀ ਇਹਨਾਂ ਨੂੰ ਪਾ ਦਿੱਤਾ ਜਾਂਦਾ ਲੱਸੀ ਪਾਉਂਦੇ ਆਂ ਮੱਖਣੀ ਕੱਢੀ ਪਹਿਲਾਂ ਲੱਸੀ ਇਹਨਾਂ ਨੂੰ ਮਿਲੇਗੀ ਬਾਕੀ ਹੋਰਾਂ ਨੂੰ ਫਿਰ ਤੇ ਇਹਨਾਂ ਦੇ ਰਹਿਣ ਵਾਸਤੇ ਵੀ ਕੋਈ ਖਾਸ ਜਗ੍ਹਾ ਬਣਾਈ ਗਈ ਹੈ ਇੱਥੇ ਇਹ ਬੈਠ ਜਾਂਦੇ ਇੱਥੇ ਮਰਜ਼ੀ ਅੰਦਰ ਚਵਾ ਰਹੇ ਆਂ ਅੰਦਰ ਜਿੱਥੇ ਹਾਲ ਖੁੱਲਾ ਪਿਆ ਜਿੱਥੇ ਮਰਜ਼ੀ ਬੈਠੋ ਇਹਨਾਂ ਨੂੰ ਛੁੱਟੀ ਆ ਕੋਈ ਆਉਣੀ ਐ ਜਿੱਥੇ ਚਾਹੇ ਇੱਥੇ ਬੈਹਿਣ ਚਾਹੇ ਜਿੱਥੇ ਮਰਜ਼ੀ ਬੈਠਾ ਮਾਂ ਅੰਦਰ ਬੈਠਾ ਹਨ ਕੋਈ ਆਉਣੀ ਹੈ ਆਪਾਂ ਦੇ ਜਿਆਦਾ ਇਹਨਾਂ ਨੂੰ ਅਕਲ ਹੈ ਮੂੰਹ ਕਰਕੇ ਇੱਧਰ ਨੂੰ ਬੈਠेंगे ਕੋਈ ਪਿੱਠ ਨਹੀਂ ਕਰਦੇ ਕੋਈ ਉਹ ਨਹੀਂ ਕਰਦੇ ਇੰਨੀ ਅਕਲੀ ਇਹਨਾਂ ਨੂੰ ਮੈਂ আচ্ছা ਜਾਣੀ ਜਦੋਂ ਵੀ ਕੋਈ ਵਿਆਹ ਹੁੰਦਾ ਤਾਂ ਇੱਥੇ ਪਹਿਲਾਂ ਅੰਗਲਾ ਆਉਂਦਾ ਰੋਕਿਉ ਰਹਿ ਪਚਾਣੀਆਂ ਬਾਦਮਾ ਹੋਰ ਨੂੰ ਛਕਾਣੀਆਂ ਪਿੰਡਾਂ માં ਵੀ ਕਹ ਲੈ ਸੱਚੀ ਹੈ ਵੀ ਆਪ ਲੋਕ ਅਨਵਾਦ ਚ ਛੱਕਦੇ ਆ ਪਹਿਲਾਂ ਇਥੇ ਕੁੱਤੇ ਰੁਚ ਗਏ ਕੁੱਤਿਆਂ ਬਾ ਪਹਿਲਾਂ ਬਾਬਿਆਂ ਦੇ ਡੇਰੇ ਮੈਂ ਪਚਾ ਦੇਣੀ ਹੈ ਮਾਲਕ ਫਿਰ ਜਦ ਮਰਜੀ ਆਪਣਾ ਛਕਾਉ ਕਿਸੇ ਨੂੰ ਜਿੰਨਾ ਮਰਜੀ ਕਰੂੰ ਪਹਿਲਾਂ ਰੁਕੀ ਉਹ ਪਚਾ ਦੇਣੀ ਹੈ ਬੀਏ ਜਮੀਨ ਅਸੀਂ ਆਪ ਦੇ ਨਾਂ ਕਰਾ ਲਈਏ ਕਦੇ ਕਿਸੇ ਨੇ ਕੋਸ਼ਿਸ਼ ਕੀਤੀ ਇਹ ਸਾਰਾ ਪਿੰਡ ਡਰਾ ਹੋਰੇ ਤੇ ਇੱਕ ਹੀ ਤਨੀ ਕੀ ਚੀਜ਼ ਨਹੀਂ ਚੱਕ ਕੇ ਲੈ ਸਕਦਾ ਚੋਰੀ ਬਾਬਾ ਜੀ ਜਿਵੇਂ ਇੱਥੇ ਕਿੰਨੇ ਕੁ ਕੁੱਤੇ ਰਹਿੰਦੇ ਆ ਇੱਥੇ ਪੂਰਾ ਪੰਜਾਬ ਹੀ ਬਣ ਗਿਆ 40 ਵੀ 30 ਵੀ ਰਹ ਜਾਂ ਪੱਛੀ ਵੀ ਰਹ ਜਾਂ ਕਦੇ ਘੜ ਜਾਂ ਕਦੇ ਭੱਜ ਜਾਂ ਪੂਰਾ ਹੋਰ ਕੁੱਤੇ ਨੂੰ ਨੇ ਬੜਨੀ ਦੰਦੇ ਕੁੱਤੇ ਨਾ ਹੋਰ ਹੋਰ ਕਿਸੇ ਨੂੰ ਛੋੜ ਸਕਿਆ ਕੁੱਤਾ ਕੋਈ ਪੂਰਾ ਜੋ ਵੀ ਮਨ ਮਾਪਾ ਕਿਸੇਗੇ ਕੋਈ ਕਿਲਾ ਮੱਠਾ ਕਿੰਨਾ ਹੀ ਹੈ ਹਸਪਤਾਲਾਂਾਂ ਦੀ ਵੀ ਆਣਗੇ ਦੁਨੀਆ ਵਰੀ ਠੀਕ ਹੋਈ ਹੈ ਜਿਹੜੀ ਹਸਪਤਾਲਾਂਾਂ ਜਵਾਬ ਦੇ ਦੇਣਾ ਵੀ ਡਾਕਟਰ ਕਹਾਂ ਇੱਥੇ ਇਤਲੀਆਂ ਪਮੀਆਂ ਕੁਰਤੇ ਪਮेंगी ਉਹ ਬੰਤੇ ਵੀ ਉੱਗਾ ਆਣਗੇ ਤੇ ਇਹਨਾਂ ਨੂੰ ਛੁੱਕੀ ਮਿਲੀ ਉਹਨਾਂ ਨੂੰ ਵੀ ਉਹ ਮਹੰਤ ਹੈ ਬਾਬਾ ਜਿਗਜੀ ਉਹਨਾਂ ਨੇ ਜਲਦੀ ਆ ਪਬੂਤਾ ਦਿਆ ਲੈ ਪਾਈਓ ਜਾ ਕੇ ਹਸਪਤਾਲ ਚ ਲਾ ਦਿਓ ਆ ਜੀ ਘਰਾਂ ਤੀਸਰੇ ਦਿਨ ਬੰਦੇ ਛੁੱਕੀ ਲੈ ਕੇ ਆ ਗਿਆ ਵੀ ਹਾਂ ਆ ਗਿਆ ਦੇਖ ਸਕਦੇ ਹੋ ਕਿ ਉੱਥੇ ਵੀ ਇਸ ਵਕਤ ਵੀ ਕੁੱਤੇ ਆਰਾਮ ਫਰਮਾਰੇ ਆ ਤੇ ਇਹ ਇਹ ਪਿੰਡ ਦੇ ਲੋਕ ਇਹਨਾਂ ਨੂੰ ਦਰਵੇਸ਼ ਕਹਿੰਦੇ ਆ ਦੂਜੇ ਪਾਸੇ ਦੇਖ ਸਕਦੇ ਹੋ ਕਿ ਉਧਰਲੇ ਪਾਸੇ ਵੀ ਕੁੱਤੇ ਪਏ ਆ ਉਧਰਲੇ ਪਾਸੇ ਵੀ ਕੁੱਤੇ ਪਏ ਆ ਯਾਨੀ ਇਹ ਇਹਨਾਂ ਦਾ ਡੇਰਾ ਆਬਦਾ ਹੈਗਾ 40 ਕਿੱਲੇ ਜ਼ਮੀਨ ਇਹਨਾਂ ਕੁੱਤਿਆਂ ਦੇ ਨਾਂ ਬੋਲਦੀ ਹੈ ਜਿੱਥੇ ਵੀ ਇਹ ਕਹਿੰਦੇ ਪੈਣਾ ਚਾਹਣ ਜਿਹੜਾ ਵੀ ਕੁਝ ਖਾਣਾ ਚਾਹਣ ਉਹ ਇਹਨਾਂ ਨੂੰ ਮਿਲਦਾ ਹੈਗਾ ਬਜ਼ੁਰਗਾਂ ਕਿੰਨੇ ਕਿਸਾਲਾਂ ਦੀ ਮਾਨਤਾ ਚੱਲੀ ਆਉਂਦੀ ਕੀਤੇ ਹਾਂ ਇਹ ਸਾਨੂੰ ਵੀ ਨਹੀਂ ਆਪਣਾ ਪਤਾ ਸਾਡੇ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਵੀ ਉਹ ਕਦ ਪਿਆਦਾ ਸਾਡੇ 600 ਸਾਲ ਪੁਰਾਣਾ ਡੇਰਾ ਬਤੰਦ ਅੱਜ ਪੰਜਾਬ ਦੇ ਇੱਕ ਐਸੇ ਪਿੰਡ ਲੈ ਕੇ ਆਏ ਆ ਜਿੱਥੇ ਦੇ ਕੁੱਤੇ ਵੀ ਕਰੋੜਪਤੀ ਤੇ ਅਰਬਪਤੀ ਨੇ 40 ਕਿੱਲੇ ਜ਼ਮੀਨ ਕੁੱਤਿਆਂ ਦੇ ਨਾਂ ਬੋਲਦੀ ਐ ਪਿੰਡ ਦੇ ਵਿੱਚ ਇਹ ਮੰਨਤਾ ਵੀ ਐ ਕਿ ਆਪ ਬੁਰਕੀ ਬਾਅਦ ਚੋਂ ਪਾਈ ਜਾਂਦੀ ਐ ਆਪਣੇ ਮੂੰਹ ਦੇ ਵਿੱਚ ਤੇ ਪਰ ਇਹਨਾਂ ਕੁੱਤਿਆਂ ਨੂੰ ਇਹਨਾਂ ਦਰਵੇਸ਼ਾਂ ਨੂੰ ਬੁਰਕੀ ਪਹਿਲਾਂ ਪਾਈ ਜਾਂਦੀ ਐ ਬਹੁਤ ਅਜੀਬ ਰਹੱਸੇ ਐ ਪਿੰਡ ਦਾ ਇਹ ਪਿੰਡ ਦੀ ਮਾਨਤਾ ਕਿਵੇਂ ਜੁੜੀ ਏ ਪਿੰਡ ਦੇ ਨਾਲ ਕਿਵੇਂ ਕੁੱਤਿਆਂ ਨੂੰ ਪੂਜਣ ਲੱਗੇ ਕਿਵੇਂ ਆਪ ਰੋਟੀ ਖਾਣ ਤੋਂ ਪਹਿਲਾਂ ਕੁੱਤਿਆਂ ਨੂੰ ਪਰੋਸੀ ਜਾਣ ਲੱਗੀ ਤੇ ਕਿਵੇਂ ਕਰੋੜਾਂ ਅਰਬਾਂਪਤੀ ਕੁੱਤੇ ਬਣ ਗਏ ਗੱਲਬਾਤ ਤੇ ਇਹ ਪਿੰਡ ਦੇ ਇਤਿਹਾਸ ਦੇ ਉੱਤੇ ਨਜ਼ਰ ਪਾਉਣੀ ਆ ਤੇ ਇਹ ਪਿੱਛੇ ਦਾ ਕਾਰਨ ਕਿਵੇਂ ਬਣਿਆ ਕਿਵੇਂ ਆਪਣੇ ਤੋਂ ਪਹਿਲਾਂ ਲੋਕ ਕੁੱਤਿਆਂ ਨੂੰ ਪੂਜਣ ਲੱਗੇ ਤੇ ਕਿਵੇਂ ਕਰੋੜਾਂ ਪਤੀ ਅਰਬਾਂ ਪਤੀ ਕਹਿੰਦੇ ਆ ਕਿ ਇਹ ਕੁੱਤੇ ਨੇ ਇੱਥੋਂ ਦੇ ਜਿਹੜੇ ਇੱਥੇ ਰਹਿੰਦੇ ਆ ਕੀ ਕਾਰਨ ਹੈ ਪਿੱਛੇ ਦਾ ਇੱਥੇ ਪਹਿਲਾਂ ਬਾਬਾ ਭਗਵਾਨ ਗਿੱਰਜੀ ਜੰਗਲ ਦਾ ਜੰਗਲ ਕੇ ਵਿੱਚ ਰਹਿੰਦੇ ਤਪ ਕਰਨ ਦੇ ਬੈਠੇ ਧੂਨੇ ਲਾਈ ਕਿਤੇ ਗੀੜਾ ਪਟਿਆਲੇ ਵਾਲੇ ਮਹਾਰਾਜ ਦਾ ਪੈ ਗਿਆ ਇਥੇ ਕੈਪਟਨ ਦੇ ਦਾਦੇ ਕੀ ਨਾ ਨਾ ਮੈਂ ਪੁੱਛ ਰਿਆਂ ਉਹ ਕੋ ਇਹਨਾਂ ਦਾ ਦਾਦਾ ਦਾ ਖਨੀ ਪੁਪਲ ਪੁਪਾ ਪੁਪੇ ਦਾ ਗੀੜਾ ਪੈ ਗਿਆ ਇਥੇ ਉਹਨੇ ਦੇਖਿਆ ਸਾਰੇ ਕੁਮ ਕੰਮ ਕੇ ਵੀ ਜੰਗਲ માં ਸਾਧੂ ਬੈਠਿਆ ਵੀ ਲਾਗ ਬੈਠ ਗਿਆ ਵੀ ਤੁਸੀਂ ਬੈਠੇ ਆ ਬਾਬਾ ਜੀ ਨਿੰਦਕਾਰ ਕਰਿਆ ਬੈਠ ਜਾ ਭਾਈ ਬਹਿ ਗਏ ਵੀ ਆਪਣਾ ਤੁਸੀਂ ਨਸ਼ਾ ਪਾਣੀ ਕਰਦੇ ਹੋਣੇ ਚਲੋ ਕੋਈ ਖਾਣਾ ਪੀਣਾ ਲਿਆਣਦੇ ਆ ਕੱਖ ਉਸ ਨਹੀਂ ਖਾਣੇ ਦੀ ਲੋੜ ਸਾਨੂੰ ਵੀ ਕੋਈ ਆਪਣਾ ਦੀ ਲੋੜ ਨਹੀਂ ਨਸ਼ੇ ਦੀ ਕੁਛ ਨਹੀਂ ਉਹ ਹਟੇ ਨਹੀਂ ਚੱਲ ਰਾਜੇ ਇਹ ਹਟਵਾਂ ਉਹਨਾਂ ਨੇ ਲਿਆਣ ਕੇ ਅੱਧਾ ਕਿਲੋ ਫੀਮ ਮੰਗਾ ਕੇ ਨਕਨਾ ਦੇ ਉਹਦੇ ਕੋਲ ਤਾਂ ਦੀ ਬਾਬੇ ਦੇ ਅੱਛਾ ਬਾਬੇ ਦੇ ਕੋਲ ਤਰੀ ਵੀ ਬਾਬਾ ਕਾ ਹਾਏ ਭਾਈ ਕਾਹਦੀ ਤੁਹਾਡੇ ਬਾਤ ਹੈ ਆ ਸਾਨੂੰ ਕੀ ਕਰਨੀਆ ਉਹਨੇ ਚੱਕ ਕੇ ਕੁੱਤੀ ਬੈਠੀ ਦੀ ਲਾਗ ਉਹਨੂੰ ਧਰਦੀ ਕੁੱਤੀ ਨੇ ਚੱਟ ਕੇ ਬਤਮਣੇ ਵਾਲੇ ਦਾਲੇ ਗੀੜਾ ਦੇ ਕੇ ਬਾਹਰ ਹੀ ਨੰਦਮਾ ਉਹ ਕਹਾ ਇਹ ਕੀ ਹੋਇਆ ਬਾਬਾ ਜੀ ਆਹ ਹੋਰ ਭਾਈ ਆਪਣਾ ਇਹ ਹੋਇਆ ਮੈਂ ਇੱਕੀ ਬਾਤ ਹੈ ਫਿਰ ਇੱਥੇ ਆਪਣਾ ਉਹਨੇ ਪੁੱਛਿਆ ਵੀ ਕੋਈ ਤੁਹਾਨੂੰ ਦੁੱਖ ਤਕਲੀਫ ਬਤਾਓ ਉਹ ਕਹਾ ਜੀ ਸਾਡਾ ਰਾਜ ਨਹੀਂ ਚੱਲਦਾ ਹੈ ਪੁੱਪਾ ਕਹਿੰਦਾ ਪੁੱਪਾ ਕਹਿੰਦਾ ਸਾਡਾ ਰਾਜ ਨਹੀਂ ਚੱਲਦਾ ਉਹ ਕਹਿੰਦਾ ਭਾਈ ਚੱਲ ਪੂਗਾ ਕੋਈ ਨਹੀਂ ਫਿਰ ਬਾਬੇ ਨੇ ਉਹਦੇ ਵਿੱਚੇ ਧੂਨੇ ਦੇ ਵਿੱਚੇ ਮੂੜੀ ਲਾਈ ਵੀ ਦੀ ਲੱਕੜੀ ਉਹ ਲੱਕੜੀ ਕੱਢ ਕੇ ਉਹਨੂੰ ਦੇਦੀ ਭੁੱਪੇ ਨੂੰ ਵੀ ਤੂੰ ਆਪਣੇ ਕਿਲੇ ਦੇ ਵਿੱਚ ਖੜਾ ਲੈ ਤੂੰ ਲੈ ਜ ਗਿਆ ਵੀ ਤੇਰਾ ਰਾਜ ਹਟਾਣੇ ਵਾਲਾ ਕੋਈ ਨਹੀਂ ਹੋਣੇਗਾ ਵੀ ਤੇਰਾ ਰਾਜ ਚੱਲਦਾ ਰਹੇਗਾ ਇਤਰੇ ਉਹਨੇ ਥੋੜਾ ਵੀ ਕੀ ਰੱਖੀ ਆਪਣਾ ਤੂੰ ਨੇ ਕਿ ਕਿਲੇ ਦੇ ਵਿੱਚ ਕਿਲੇ ਦੇ ਵਿੱਚ ਰਖੀ ਫੇਰ ਆ ਗਿਆ ਗੇੜਾ ਖਾ ਕੇ ਰਾਜਾ ਕੁੰਮਧਕ ਮੰਦਾ ਭਾਈ ਕਿਤਰਾ ਨੇ ਹੋਈ ਕਾ ਬੈਸੀ ਆਪ ਤਾਂ ਐਮੀ ਆ ਗਏ ਘੁੰਮਣਾ ਫੇਰ ਵੀ ਕਾ ਠੀਕ ਹੈ ਕਹਾ ਰਾਜ ਚਾਰਿਆ ਜਿਆ ਚੜਿਆਗਾ ਉਹਨੇ ਚੱਕ ਕੇ ਉਹ ਲੱਕੜੀ ਜਾ ਕੇ ਥੋੜੇ ਚਿਰ ਵਿੱਚ ਖੂਹ ਦੇ ਵਿੱਚ ਸਿੱਟਦੀ ਰਾਜੀ ਨੇ ਪੁੱਪੂ ਨੇ ਕਿਲੇ માં ਖੂਹ ਦੇ ਵਿੱਚ ਸਿੱਟਦੀ ਉਹ ਲੱਕੜੀ ਮੁੜ ਕੇ ਫੇਰ ਆਇਆ ਗਿੜਾ ਗੁੜਾ ਦੇ ਕੇ ਕਹ ਪਾਈ ਕਿ ਤਰ੍ਹਾਂ ਕਹ ਜਿਆ ਠੀਕ ਚੱਲਿਆ ਕਹਾ ਜਿਹੜੀ ਲੱਕੜੀ ਦੀ ਉਹ ਤਾਂ ਮੈਂ ਮੁੜੀ ਦੀ ਤੀ ਖੂਹ માં ਸਿੱਟਦੀ ਕਹ ਫੇਰ ਤੇਰੇ ਪਟਿਆਲੇ ਨੂੰ ਜਦ ਵੀ ਮਾਰੂਗਾ ਪਾਣੀ ਮਾਰੂਗਾ ਕਿਤੇ ਹੀ ਭਗ ਜਾ ਪਟਿਆਲਾ ਪਾਣੀ ਗੱਲ ਮਾਰਨਾ ਇਹਨੇ ਹੋਰ ਕਾਸੀ ਗੱਲ ਨਹੀਂ ਮਾਰਨਾ ਵੀ ਪਾਣੀ ਮਾਰੇਗਾ ਪਟਿਆਲੀਆਂ ਨੂੰ ਹੋਰ ਕੋਈ ਸੀ ਕਿ ਮਾਰਨਗਾ ਨਹੀਂ ਇਹ ਹਾਂਜੀ ਫੇਰ ਆਪਣੇ ਚਲੋ ਚੱਲਦੇ ਰਹੇ ਬਾਬਾ ਹੁਕਾ ਕਰਦਾ ਰਿਹਾ ਹੌਲ ਹੌਲ ਐਨਾ ਦਿਨ ਸੇਹੀ ਸਮਾਧਾਨ ਦੇ ਨੋ ਜਮੀਨ ਲੱਗੀ ਡੇਰਾ ਪੈਣ ਲੱਗਿਆ ਇਹ ਜਮੀਨ ਕਿਹਨੇ ਦਵਾਈ ਸੀ 40 ਕਿੱਲੇ ਜਿਹੜੀ ਜਮੀਨ ਕਾ ਨਹੀਂ ਪਤਾ ਲੱਗਦਾ ਵੀ ਕਿੰਨਾ ਲੋਈਤੀ ਹਾਂ ਇਹ 40 ਕਿੱਲੇ ਸੇਹੀ ਸਮਾਧਾਨ ਦੇ ਨੋ ਬਾਬੇ ਨੂੰ ਕਹਿੰਦੇ ਤੇ ਵੀ ਤੂੰ ਆਪਣੇ ਨੌਕਰਾਂ ਲੈ ਬਾਬਾ ਕਾ ਘਰ ਛੱਡਿਆ ਬਾਹਰ ਛੱਡਿਆ ਸਾਨੂੰ ਕੀ ਕਰਨੀ ਆ ਜ਼ਮੀਨਾਂ ਆਪਾਂ ਜੰਗਲ 'ਵਾਂ ਬੈਠੇ ਆਂ ਜ਼ਮੀਨਾਂ ਦੇ ਕਿਆ ਲੈਣਾ ਜ਼ਮੀਨਾਂ ਲੰਦੇ ਖਰੀਦੇ ਥੀ ਪੁੱਤਾਂ ਇਹ ਮੋਹ ਕਰਦੇ ਸਭ ਮੋਹ ਛੱਡਿਆ ਵਾਸਤੇ ਅੱਦਾਂ ਅਸੀਂ ਤਾਂ ਜੰਗਲ 'ਵਾਂ ਬੈਠੇ ਆਂ ਕਾ ਅਸੀਂ ਦੀ ਲੋੜ ਨਹੀਂ ਉਹ ਠੱਕੇ ਤੇ ਫਿਰ 40 ਬਿਗੇ ਸਿਆਹੀ ਸਮਾਧਾਂ ਦੇ ਨੋਂ ਜ਼ਮੀਨ ਹੋ ਗਈ ਪਹਿਲਾਂ ਅੰਨ ਪਾਣੀ ਕੁੱਤਿਆਂ ਨੂੰ ਮਿਲਦਾ ਬਾਅਦ 'ਮਾ ਆਪਣਾ ਤਿੰਨ ਰੁੱਕੇ ਭੱਜਦੇ ਆਂ ਪਹਿਲਾਂ ਕੁੱਤਿਆਂ ਨੂੰ ਅੰਨ ਪਾਣੀ ਫਿਰ ਆਪਣੇ ਬਾਹਰ ਹੈ ਕੋਈ ਜਿੰਨੇ ਵੀ ਹੈ 10 ਐ 5 ਐ ਉਹਨਾਂ ਨੂੰ ਨਨਪਣੀ ਮਿਲੇਗਾ ਜਾਨੀ ਪਹਿਲਾਂ ਕੁੱਤੇ ਨੂੰ ਨੱਚਾਇਆ ਜਾਂਦਾ ਇਹ ਪਿੰਡ ਦੇ ਵਿੱਚ ਮਾਨਤਾ ਹੈ ਇਹ ਮਾਨਤਾ ਪੂਰੀ ਹੈ ਜੀ ਪੂਰੀ ਮਾਨਤਾ ਪਹਿਲਾਂ ਕੁੱਤਿਆਂ ਮੀਲ ਮੀਲ ਪਰ ਰੁਕਾ ਸੁਣਾ ਹਾਂ ਜੀ ਰਾਤ ਨੂੰ ਤਾਂ 2-2 ਮੀਲ ਪਹੀ ਸੁਣ ਜਾਂ ਨਹੀਂ ਮੀਲ ਪਰ ਰੁਕਾ ਪਿੰਡ ਦੇ ਬਾਹਰ ਦੁਪਹਿਰੇ ਗਾ ਰੁਕਾ ਪਿੰਡ ਦੇ ਬਾਹਰ ਇਹ ਸੁਨੇਗਾ ਰਾਤ ਨੂੰ ਪਿੰਡ માં ਘਰਾਂ ਬੈਠਿਆਂ ਰੁਕਾ ਸੁਣਾ ਇਧਰ ਘੰਟਿਆਂ ਖੜੀ ਲਾਗ ਲਾਗ ਸਾਰੇ ਰੁਕਾ ਸੁਣ ਜਾਨੀ ਇੱਕ ਕੁੱਤਿਆਂ ਦਾ అలਾਰਮ ਹੁੰਦਾ ਜਦੋਂ ਉਹ అలਾਰਮ ਵੱਜਦਾ ਓਕੇ ਵਿੱਚ ਨਹੀਂ ਰੈਡੀ ਇਹ ਤੇ ਬਗੈਰ ਅੱਛਾ ਤਾਂ ਫਿਰ ਕੁੱਤੇ ਸਾਰੇ ਆ ਜਾਂਦੇ ਆ ਕੁੱਤੇ ਆ ਜਾਂਦੇ ਜਿਹੜੇ ਨੂੰ ਲੋੜ ਹੋਈ ਕਿ ਉਹ ਆ ਜਾਂਦਾ ਜਿਹਨੂੰ ਨਹੀਂ ਲੋੜ ਹੁੰਦੀ ਉੱਥੇ ਪਿਆ ਰਹਿੰਦੇ ਬਾਬੇ ਮਾਰਾਂ ਜੀ ਬਾਬੇ ਜੀ ਆ ਤਿਆਰ ਹੋ ਜੇਗਾ ਖਾਣਾ ਰੋਟੀ ਤੋੜ ਕੇ ਰੱਖਦੇ ਆ ਫੇਰ ਕਹਿੰਦੇ ਆ ਵੀ ਰੁੱਕਾ ਮਾਰੋ ਟਾਈਮ ਹੋ ਗਿਆ ਰੁਕੀਆ ਫੇਰ ਬਾਹਰ ਚੌਂਤਰੀ ਪਰ ਖੜਕ ਕੇ ਉਹਨਾਂ ਨੇ ਰੁੱਕੇ ਮਾਰਨੇ ਆ ਤਿੰਨ ਜਿਹੜਿਆਂ ਰੋਟੀ ਖਾਣੀਆਂ ਆ ਕੁੱਤੇ ਨੂੰ ਆ ਜੰਗੇ ਜਿਹਨਾਂ ਨਹੀਂ ਖਾਣੀਆਂ ਬੈਠੇ ਰਹੇ ਅੱਛਾ ਵੀ ਬਜ਼ੁਰਗੋ ਕਿੰਨੇ ਕਿਸਾਲਾਂ ਦੀ ਮਾਨਤਾ ਚੱਲੀ ਆਉਂਦੀ ਈ ਤੇ ਜਿਹੜਾ ਮਹਾਰਾਜ ਹੈ ਪੂਪਨੀ ਗੁਰਨਾਨਕ ਇੱਥੇ ਪਹਿਲਾਂ ਗਾ ਡੇਰਾ ਪਿਆਵਾ ਬਤਾਉ ਸੁਣਾ ਹਾਂਜੀ ਹਾਂ ਇਹ ਸਾਨੂੰ ਵੀ ਨਹੀਂ ਆਪਣਾ ਪਤਾ ਸਾਡੇ ਬਜ਼ੁਰਗਾਂ ਨੂੰ ਵੀ ਨਹੀਂ ਪਤਾ ਵੀ ਉਹ ਕਦ ਪਿਆਦਾ ਸਾਡੇ 650 ਸਾਲ ਪੁਰਾਣਾ ਡੇਰਾ ਪਤਾਂਦੀ ਹਾਂ ਹਾਂਜੀ ਬਾਬਾ ਜੀ ਮੈਨੂੰ ਇਹ ਗੱਲ ਦੱਸਿਓ ਕਿ ਹੁਣ ਇਹਨਾਂ ਨੂੰ ਕੁੱਤਿਆਂ ਨੂੰ ਖਾਣ ਦੇ ਵਿੱਚ ਕੀ ਕੀ ਮਿਲਦਾ ਹੈਗਾ ਰੋਜ਼ ਇਹਨਾਂ ਨੂੰ ਖਾਣੇ ਨੂੰ ਆਪਣਾ ਅੰਨ ਪਾਣੀ ਜਿਹੜਾ ਬਣਾਇਆ ਵਾ ਉਹ ਮਿਲੇਗਾ ਬਾਕੀ ਪਿੰਡ માં ਕੋਈ ਨਿਉਂਦਾ ਦੇ ਹੀ ਹੈ ਬਾਬਿਆਂ ਨੂੰ ਜੋ ਵੀ ਚੀਜ਼ ਆਵੇਗੀ ਪਸਾਦ ਉਹ ਖੀਰ ਉਹ ਪੂੜੀਆਂ ਉਹ ਜਲੇਬੀਆਂ ਉਹ ਗੈਲ ਸਾਰੀ ਚੀਜ਼ ਦਾ ਭੋਗ ਲਵਾਇਆ ਜਾਂਦਾ। ਅੱਛਾ ਇੱਕ ਹੋਰ ਗੱਲ ਵੀ ਐ ਜੇ ਕਿਸੇ ਦੇ ਵਿਆਹ ਹੁੰਦਾ ਫਿਰ ਵੀ ਪਹਿਲਾਂ ਇੱਥੇ ਆਉਂਦੇ ਆ। ਹਾਂ ਪਹਿਲਾਂ ਸਵੇਰੇ ਰਾਤ ਨੂੰ ਨੰਦਾਂ ਦੇ ਕਹਾਂਗੇ ਫਿਰ ਸਵੇਰੇ ਫਿਰ ਵੀ ਬਾਬਾ ਜੀ ਰੋਟੀ ਨਹੀਂ ਬਣਾਣੀ ਅੰਨ ਪਾਣੀ ਪਿੰਡ ਤੇ ਆਵੇਗਾ। ਅੱਛਾ ਯਾਨੀ ਜਦੋਂ ਵੀ ਕੋਈ ਵਿਆਹ ਹੁੰਦਾ ਤਾਂ ਇੱਥੇ ਪਹਿਲਾਂ ਅੰਗਲਾ ਆਉਂਦਾ। ਰੋਟੀ ਉਰ ਪਚਾਣੀ ਆ ਬਾਅਦ ਮਾਂ ਹੋਰ ਨੂੰ ਛਕਾਣੀਆਂ ਪਿੰਡਾਂ માં ਵੀ। ਪਹਿਲਾਂ ਉਹ ਰੋਟੀ ਦੇ ਜਾਣੀ ਇਹ ਗੱਲ ਸੱਚੀ ਹੈ ਵੀ ਆਪ ਲੋਕ ਅਨ ਬਾਦ ਚ ਛੱਕਦੇ ਆ ਪਹਿਲਾਂ ਇਥੇ ਕੁੱਤਿਆਂ ਨੂੰ ਛਕਾਏ ਕੁੱਤਿਆਂ ਬਾ ਪਹਿਲਾਂ ਬਾਬਿਆਂ ਦੇ ਡੇਰੇ માં ਪਚਾ ਦੇਣੀ ਹੈ ਅੱਛਾ ਬਾਬਿਆਂ ਦੇ ਡੇਰੇ માં ਪਚਾ ਦੇਣਗੇ ਬਾਬੇ ਰੱਖ ਲੈਣਗੇ ਤੋੜ ਦੇਣਗੇ ਸਭ ਚੀਜ਼ ਆਪਣਾ ਜੋ ਵੀ ਹੈ ਉਹ ਜਨ ਬਣਾ ਕੇ ਇਹਨਾਂ ਟੋਕਰੀਆਂ ਪਾ ਕੇ ਸਾਢੇ 12 ਵਜੇ ਫਿਰ ਕਮਾ ਮਾਰ ਦੇਣਾ ਇਹਨਾਂ ਨੇ ਮਾਲਕ ਫਿਰ ਜਦ ਮਰਜੀ ਆਪਣਾ ਛਕਾਉਂ ਕਿਸੇ ਨੂੰ ਜਿੱਤਨਾ ਮਰਜੀ ਕਰਾਂ ਪਹਿਲਾਂ ਰੋਟੀ ਉਹ ਪਚਾ ਦੇਣੀ ਇਹਨਾਂ ਨੇ ਠੀਕ ਆ ਹਾਂ ਬਾਬਾ ਜੀ ਜਿਵੇਂ ਇੱਥੇ ਕਿੰਨੇ ਕੁੱਤੇ ਰਹਿੰਦੇ ਆ ਇੱਥੇ ਕੁੱਤੇ ਪੂਰਾ 50 ਵੀ ਬਣਦਾ 40 ਵੀ 30 ਵੀ ਰਹ ਜਾਂ 20 ਵੀ ਰਹ ਜਾਂ ਕਦੇ ਘੜ ਜਾਂ ਕਦੇ ਭੱਜ ਜਾਂ ਪੂਰਾ ਹੋਰ ਕੁੱਤੇ ਨੂੰ ਨੇ ਬੜਨੀ ਦੰਦੇ ਕੁੱਤੇ ਨਾ ਹੋਰ ਹੋਰ ਕਿਸੇ ਨੂੰ ਛੋੜ ਸਕਿਆ ਕੁੱਤਾ ਕੋਈ ਪੂਰਾ ਹੋਰ ਨੂੰ ਨਹੀਂ ਛੋੜਨ ਦੰਦੇ ਕੁੱਤਿਆਂ ਨੂੰ ਬਈ ਨਹੀਂ ਕੁੱਤੇ ਰਹਿੰਗੇ ਨਾ ਇਹ ਪਿੰਡ ਮਾ ਜਹਾਂ ਨਾ ਪਿੰਡ ਗੇ ਨੂੰ ਹੋਰ ਆਣਦੇ ਆ ਆਪਨੇ ਜਾਣੀ ਹੋਰੇ ਤਾਂ ਫਿਰ ਕੁੱਤੇ ਪੂਰੀ ਐਸ਼ ਕਰਦੇ ਹੈ ਪੂਰੀ ਐਸ਼ ਲੱਸੀ ਮਿਲਾ ਇਹਨਾਂ ਨੂੰ ਹੋਰਾਂ ਨੂੰ ਨਾ ਮਿਲਾ ਗਰਮੀਆਂ ਮਾ ਇਹਨਾਂ ਨੂੰ ਲੱਸੀ ਪਾਵੇਂਗੇ ਹਾਂ ਵੀ ਜਾਨੀ ਦੁੱਧ ਵੀ ਇਹਨਾਂ ਨੂੰ ਪਾ ਦਿੱਤਾ ਜਾਂਦਾ ਹੈ ਹਾਂ ਲੱਸੀ ਪਾਉਂਦੇ ਆ ਮੱਖਣੀ ਕੱਢੀ ਪਹਿਲਾਂ ਲੱਸੀ ਇਹਨਾਂ ਨੂੰ ਮਿਲੇਗੀ ਬਾਕੀ ਹੋਰਾਂ ਨੂੰ ਫੇਰ ਅੱਛਾ ਇਹਨਾਂ ਨੂੰ ਲੱਸੀ ਲਾਜ਼ਮੀ ਮਿਲੇਗੀ ਗਰਮੀਾਂ ਮਾਂ ਗਰਮੀਾਂ ਮਾਂ ਜੇ ਉੱਤਰਾ ਛੌਂਟ ਵੀ ਹੋ ਜਾ ਲੱਸੀ ਫੇਰ ਦੁੱਧ ਪਾ ਕੇ ਵੀ ਲੱਸੀ ਕਰਕੇ ਪਲਾਈ ਜਾ ਹਾ ਕਦੇ ਕਦੇ ਤੇ ਇਹਨਾਂ ਦੇ ਰਹਿਣ ਵਾਸਤੇ ਵੀ ਕੋਈ ਖਾਸ ਜਗ੍ਹਾ ਬਣਾਈ ਗਈ ਇੱਥੇ ਇਹ ਬੈਠ ਜਾਂਦੇ ਜਿੱਥੇ ਮਰਜ਼ੀ ਅੰਦਰ ਚਵਾਰੇ ਆ ਅੰਦਰ ਜਿੱਥੇ ਹਾਲ ਖੁੱਲਾ ਪਿਆ ਜਿੱਥੇ ਮਰਜ਼ੀ ਬੈਠੋ ਇਹਨਾਂ ਨੂੰ ਛੁੱਟੀ ਆ ਕੋਈ ਹੋਣੀ ਹੈ ਅੱਛਾ ਜਿੱਥੇ ਚਾਹੇ ਇੱਥੇ ਬਹਿ ਜਾਣ ਚਾਹੇ ਜਿੱਥੇ ਮਰਜ਼ੀ ਆਪਾਂ ਦੇ ਜਦਾ ਇਹਨਾਂ ਨੂੰ ਅਕਲ ਹੈ ਮੂੰਹ ਕਰਕੇ ਇੱਧਰ ਨੂੰ ਬੈਠेंगे ਕੋਈ ਪੁੱਠ ਨਹੀਂ ਕਰਦੇ ਕੋਈ ਉਹ ਨਹੀਂ ਕਰਦੇ ਇੰਨੀ ਅਕਲੀ ਇਹਨਾਂ ਨੂੰ ਮੈਂ ਹਾਂਜੀ ਅੱਛਾ ਤੇ ਜਾਣੀਏ ਨਾ ਇਹਦੀ ਡੇਰਾ ਜਿੱਥੇ ਮਰਜੀ ਬੈਹਿ ਜਾਣਾ ਇਹ 40 ਕਿੱਲੇ ਇਹਨਾਂ ਦੇ ਨੇ ਜਿੱਥੇ ਮਰਜੀ ਬੈਹਿ ਜਾਣਾ ਬਾਬੇ ਨੇ 40 ਕਿੱਲੇ ਜ਼ਮੀਨ ਅੱਗੇ ਕਿਸੇ ਦੇ ਨਾਂ ਕਿਉਂ ਨਹੀਂ ਕਰਾਈ ਹੈਗੀ ਉਹਨੂੰ ਐ ਸੀਗਾ ਵੀ ਕੋਈ ਚੋਰ ਠੱਗ ਜਾ ਮੇਰੀ ਗੱਡੀ ਤੇ ਆ ਕੇ ਬਹਿ ਜੂ ਮੈਂ ਉਹਨਾਂ ਦਾ ਕੁੱਤਿਆਂਗੇ ਨਾ ਵੀ ਮੈਂ ਕਿਸ ਕਿਸ ਕੇਉਂ ਕਰਾਂਗਾ ਅਗਲਾ ਕੇਗਾ ਮੇਰੇ ਨੋਂ ਨਹੀਂ ਕਰਾਈ ਮੇਰੇ ਨਹੀਂ ਉਹਨਾਂ ਦਾ ਸਿਆਹੀ ਸਮਾਦਨ ਇਹਨਾਂ ਨੂੰ ਕਰਾਦੀ ਵੀ ਜਿਹੜਾ ਸੇਵਾ ਕਰੇਗਾ ਉਹਰੇ ਠੇਕਾ ਬਟਾਈ ਉਹ ਜਿੰਨਾ ਮਰਜ਼ੀ ਕਰੋ ਇਹਨਾਂ ਨੂੰ ਰੋਟੀ ਪਾਓ ਉਹਰੇ ਸੇਵਾ ਕਰੋ ਹਾਂ ਉਹਰੇ ਜੋ ਵੀ ਮਨ ਮਾ ਬਾ ਕਿਸੇ ਕੋਈ ਢਿੱਲਾ ਮੱਠਾ ਕਿੰਨਾ ਹੀ ਹੈ ਹਸਪਤਾਲਾਂਾਂ ਤੇ ਵੀ ਆਣਗੇ ਦੁਨੀਆ ਉਹਰੇ ਠੀਕ ਹੋਈ ਹੈ ਜਿਹੜੀ ਹਸਪਤਾਲਾਂਾਂ ਜਵਾਬ ਦੇਦੇ ਨਾ ਵੀ ਡਾਕਟਰਾਂ ਇੱਥੇ ਇਟਲੀਆਂ ਪਮੀਆਂ ਕੁਰਤੇ ਪਮेंगी ਉਹ ਬੰਤੇ ਵੀ ਉਹਰੇ ਆਣਗੇ 30 ਦਿਨ ਛੁੱਟੀ ਮਿਲੀ ਉਹਨਾਂ ਨੂੰ ਵੀ ਉਹ ਮਹੰਤੇ ਬਾਬਾ ਜਿਗਜੀ ਉਹਨਾਂ ਨੇ ਜਲਦੇ ਆ ਪਬੁੱਤਾ ਦਿਆ ਲੈ ਪਾਈਓ ਜਾ ਕੇ ਹਸਪਤਾਲ 'ਚ ਲਾ ਦਿਓ ਆ ਜੀਆ ਘਰਾਂ ਤੀਸਰੇ ਦਿਨ ਬੰਦੇ ਛੁੱਟੀ ਲੈ ਕੇ ਆ ਗਿਆ ਵੀ ਹਾਂ ਆ ਗਿਆ ਇਹ ਗੰਡਿਆ ਖੜੀ ਕੀ ਟਾਣੀ ਇਹ ਕਰਾਵਤੀ ਜਗਾ ਬੁੱਤੀ ਗੰਡਿਆ ਖੜੀ ਕੀ ਟਾਹ ਆ ਬਾਈ ਵਰਗਾ ਮੁੰਡਾ ਆ ਰੋਣ ਲੱਗੇ ਮਾਲਕ ਤੀਮੀ ਚੰਡੀਗੜ੍ਹ ਤੇ ਵੀ ਕਹਾਂ ਜਵਾਬ ਦੇ ਦਿਆ ਜੀ ਬੀਮਾਰਾ ਹਿੱਲਾ ਨਹੀਂ ਕੋਈ ਵੀ ਬਾਬਾ ਘਵਾ ਕੋਈ ਨਹੀਂ ਬੀ ਹੋ ਜਾਏਗਾ ਠੀਕ ਨਹੀਂ ਬਾਬੇ ਹਮੇ ਨੂੰ ਕਹਾਈ ਕਿ ਡਾਕਟਰ ਕਹ ਰਿਹਾ ਵੀ ਜ਼ਿੰਮੇਦਾਰੀ ਨਹੀਂ ਵੀ ਕੇ ਗੁੱਤੇ ਪਵੇਂਗੇ ਖੂਨ ਬਦਲੀ ਹੋ ਚੰਡੀਗੜ੍ਹ ਘਰੇ ਫਿਰ ਜਵਾਬ ਵੀ ਦੇ ਦਿਆ ਫਿਰ ਪੱਟਿਆ ਵਾਲਿਆ ਬਚਾ ਦਿਆ ਪਟਿਆਲੇ ਵੀ ਆਪਣੇ ਕਹਿੰਦੇ ਉਹ ਠੀਕ ਨਹੀਂ ਨੂੰ ਫਲਾਣੀ ਹੈ ਬਾਬੇ ਵਾ ਫਿਰ ਆ ਕੇ ਵੀ ਪੈਰ ਫੜਲੇ ਵੀ ਨੂੰ ਗਾਂ ਵੀ ਬੇਅਸ ਹੈ ਬਾਬਾ ਕਹ ਲੈ ਪਪੁੱਤੀ ਲੈ ਲਿਓ ਭਾਈ ਡਾਕਟਰਾਂ ਦੇ ਚੋਰੀਆਂ ਅੱਗੇ ਪਿੱਛੇ ਕਾਰਜੇ ਦਾਲੇ ਮੂੰਹੋਂ ਪਾ ਦੇ ਆ ਜੀਗਾ ਤੀਸਰੇ ਦਿਨ ਛੁੱਟੀ ਦੇ ਦੀ ਡਾਕਟਰਾਂ ਘਾਂ ਠੀਕ ਹੈ ਉਹ ਵੀ ਮੁੰਡਾ ਨੌ ਪੱਤ ਨੌ ਆਇਆ ਜਾਣੀ ਇਹ ਜਗ੍ਹਾ ਦੀ ਬਹੁਤ ਕਰਾਮਾਤੀ ਹੈ ਹੈ ਕਰਾ ਤੇ ਚਲ ਪੈ ਸਿੱਧੀ ਨੀਤ ਗੱਲ ਵੀ ਬਾਬੇ ਵਾ ਜਾਨੇ ਨਾ ਰੋਂਦਾ ਹੋਇਆ ਚਾਹ ਬਿਮਾਰ ਹੈ ਕੋਈ ਵੀ ਹੈ ਕਿਸੇ ਤਰ੍ਹਾਂ ਦਵਾਈ ਨਾ ਲੱਗਦੀ ਹੋਇਆ ਜਦੀ ਤੇ ਬੰਦੇ ਦਾ ਚਿਹਰਾ ਬਦਲ ਜੀਗਾ ਠੀਕ ਹਾਂ ਇੰਨਾ ਉਹ ਕਰਮ ਨੰਗਾ ਦੁੱਧ ਨਾ ਦਿੰਦਾ ਹੋਇਆ ਪੜਾਈ ਗਿਆਨਾਂ ਦੀ ਕਿਆ ਜਿੱਦ ਕਰਦੇ ਹੋਇਆ ਇੰਨੀ ਜਿਤ ਨੂਰ ਹੈ ਬਹੁਤ ਕਰਾਮਾਤ ਹੈ ਕਮ ਕਾਰਮਾ ਖੜ ਤੈੰਦੀ ਰਿਹਾ ਹੈ ਅੱਛਾ ਹਾਂ ਤਾਂ ਜਾਨੀ ਬਹੁਤ ਕਰਾਮਾਤੀ ਜਗਾ ਬਾਈ ਬਾਬਾ ਜੀ ਬਹੁਤ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੋ ਬਾਬਾ ਜਿਹੜਾ ਆ ਜੀ ਗਿਰਿਆ ਇਹ ਤਾਂ ਜਿਤਨਾ ਤੁਸੀਂ ਆ ਰਹੇ ਆ ਇਤਰਾ ਪਤਾ ਨੂੰ ਪਤਾ ਲੱਗ ਜਿਦਾ ਵੀ ਬੰਦਾ ਆ ਰਿਹਾ ਜੇ ਕਿਤੇ ਜਾਣਾਂ ਵੀ ਹੋਈ ਤਾਂ ਨਾ ਢੋ ਟੀਲਾ ਰੇ ਦਾ ਪਟਿਆਲੇ ਜਿਹਦਾ ਕੋਈ ਖਾਸ ਬੰਦਾ ਆ ਰਿਹਾ ਤਾਂ ਕਹਿੰਦੇ ਤਾਂ ਕੱਲ ਨੂੰ ਚੱਲेंगे ਅੱਜ ਰਹਿਣੇ ਦੀਆਂ ਇਨ ਆਏ ਨੂੰ ਉਹਦਾ ਦਿhle ਬਹੁਤ ਕਰਾਮਾਤ ਕਿਸੇ ਨੇ ਬਾਬਾ ਜੀ ਕਿਸੇ ਨੇ ਇਹ ਵੀ ਕਹਿਆਗਾ ਵੀ ਇਹ ਜਮੀਨ ਅਸੀਂ ਆਪਦੇ ਨਾਂ ਕਰਾ ਲਈਏ ਕਿਸੇ ਨੇ ਕੋਸ਼ਿਸ਼ ਕੀਤੀ ਇਹ ਸਾਰਾ ਪਿੰਡ ਡਰਾ ਹੋਰੇ ਤੇ ਇੱਕ ਇਤਨੀ ਕੀ ਚੀਜ਼ ਨਹੀਂ ਚੱਕ ਕੇ ਲੈ ਸਕਦਾ ਚੋਰੀ ਉਹਦੇ ਚੋਰੀ ਨਹੀਂ ਕੋਈ ਵੀ ਕਰ ਸਕਦਾ ਬਰਾ ਦੇਖ ਹੈ ਭਗ ਜੀ ਕਗਲਾ ਚੱਕ ਕੇ ਚੋਰੀ ਨਹੀਂ ਲੈ ਸਕਦਾ ਕਿੱਥੋਂ ਕਿੱਥੋਂ ਲੋਕ ਆਉਂਦੇ ਔਰ ਦੂਰ ਦੂਰ ਪੂਰੇ ਦਾ ਬਹੁਤ ਦੂਰ ਦੂਰ ਤੇ ਆਵਾ ਚੰਡੀਗੜ੍ਹ ਰਾ ਲੁਧੇ ਖਾਨਾਂ ਦਾ ਬਹੁਤ ਦੂਰਾਂ ਦੂਰਾਂ ਦੇ ਜੋ ਬਾਬੇ ਅਜੇ ਗਿਰਦੀਨ ਦਾ ਕੋਲੇ ਵਾਲਿਆਂ ਨੇ ਗੱਡੀ ਵੀ ਦਿੱਤੀ ਵੀ ਤੀ ਚਾਲੀ ਕਿੱਲੇ ਜ਼ਮੀਨ ਕਿਤੇ ਉਹਨਾਂ ਬਾ ਲੰਬੜਦਾਰਾਂ ਬਾ ਉਹਨਾਂ ਬਾ ਕੁੜੀਆਂ ਇੰਦੀਆਂ ਕੋਈ ਮੁੰਡਾ ਨਹੀਂ ਦਾ ਉੱਥੇ ਇਹਨਾਂ ਖੜੀ ਭਗਤੀ ਕਰੀਆ ਇੱਕ ਸਾਲ ਅਜੇ ਗਿਰ ਇੱਕ ਸਾਲ ਖੜਿਆ ਰਿਹਾ ਜੀ ਉੱਥੇ ਫਿਰ ਆਪਣੇ ਚਲੋ ਇਹਨਾਂ ਨੇ ਬਾ ਆਖੜ ਦੇਵੀ ਕੋਈ ਨਾ ਹੋ ਜੀ ਮੁੰਡਾ ਫਿਰ ਉਹਨਾਂ ਨੇ ਆਪਣੇ ਪੁੱਤੇ ਦੇ ਫਿਰ ਆਪਣੇ ਨਾ ਪੁੱਤ ਦੇ ਕੁੰਜੀ ਗੱਡੀ ਲੈ ਗਿਆ ਬਾਬੇ ਨੂੰ ਕਹਾ ਗੈ ਚੱਲ ਬਾਬਾ ਕਾ ਮੈਂ ਜਾਂਦਾ ਗੱਡੀ ਲੈਣੀਆਂ ਜੈ ਜੀ ਕਹਿੰਗਾ ਉਹ ਜੀ ਦੇ ਦੇਂਗੇ ਬਾਬਾ ਕਾ ਮੈਂ ਤੱਕੇ ਦੇ ਲੇਗੇ ਫਿਰ ਬਹਾਦਰਗੜ ਲੈਗੇ ਬਲਾਰੋ ਗੱਡੀ ਲੈ ਕੇ ਲੱਡੂਆਂ ਦਾ ਡੱਬਾ ਲੈ ਕੇ ਬਾਬੇ ਦੇ ਹੱਥ ਪਹੁੰਚਾ ਦਿਆ ਕੁੰਜੀ ਸੰਭੋ ਹਾਂ ਅੱਛਾ ਹਾਂ ਜੀ ਤਾਂ ਤਲਾਦਾਂ ਵਾਰ ਤਾਂ ਬਹੁਤ ਲਾਦ ਹੋਈ ਜਾਂ ਦੁਨੀਆ ਵਾ ਅੱਛਾ ਜਣੀ ਲਾਦ ਵੀ ਹੋ ਜਾਂਦੀ ਜੇ ਕੋਈ ਆ ਜੇ 3 ਸਾਲ ਪਿੱਛੇ ਬੱਚੇ ਹੋਈਆਂ 13-13 ਸਾਲ ਪਿੱਛੇ ਅੱਛਾ ਹਾਂ ਜੀ ਹਾਂ ਠੀਕ ਆ ਮੀਨਾ ਕੇ ਨਿਆਣਿਆਂ ਦਾ ਨਾ ਕੋਈ ਵੀ 13-13 ਸਾਲ ਪਿੱਛੇ ਹੋਰੇ ਨਿਆਣੇ ਹੋਰੇ ਹਾਂ ਬੱਚੇ ਆਪਣੇ ਬਾਬੇ ਦੀ ਕਿਰਪਾ ਲਈ ਅੱਛਾ ਉਹ ਦਿਨ ਕਿਹੜਾ ਹੁੰਦਾ ਖਾਸ ਵੀ ਉਸ ਦਿਨ ਆਉਣਾ ਪੈਂਦਾ ਕਿਹੜਾ ਦਿਨ ਤਾਂ ਬਾਬਾ ਉਹ ਬੇਵਕਰ ਵਾਲੀ ਤੇ ਹੋਰੇ ਈਵ ਕੰਨੀ ਆ ਗਿਆ ਹੋਇ ਗੱਡੀ ਅੰਦਰ ਤਾਂ ਨਹੀਂ ਕੰਨੀ ਆਇਆ ਨਹੀਂ ਹੋਣਾ ਹੈ ਇਹ ਕੇ ਗੱਡੀ ਆ ਕੇ ਤੋਂ ਫੇਰ ਨਹੀਂ ਆਇਆ ਨਹੀਂ ਆ ਉਹ ਆਣੇ ਆਲਾ ਫਿਰ ਸਵਰਾਤਰੀ ਜਿਹੜੇ ਨੂੰ ਇਹ ਜਾ ਕਰਾਣਾ ਹੋਇ ਨਾ ਬੱਚਿਆਂ ਬਾਰੇ ਆਣਾ ਹੋਇ ਜਿੱਦਣ ਸੀਬ ਜੀ ਦੇ ਵਰਤੋਂ ਹੈ ਉਸ ਦਿਨ ਆਵੇ ਅੱਛਾ ਉਸ ਦਿਨ ਆਵੇ ਫਿਰ ਉਹ ਬਾਬਾ ਫਲ ਪਾ ਦੇਗਾ ਅੱਛਾ ਤੇ ਸੁੱਖ ਲਿਓ ਰੇ ਵੀ ਬਾਬਾ ਯੋ ਕੰਮ ਬਣ ਜਾਇਆ ਮਾਰਾ ਬਣ ਜਾ ਬਣ ਜਾ ਇਹ ਵੀ ਉਹ ਬਜਾਰੀਆਂ ਗਿਆ ਹੋਰ ਹੈ 7 ਸਾਲ ਵਿਚੇ ਦੀ ਕੁੜੀ ਹੋਈ ਐ ਜਿਸ ਬਾਬੇ ਨੇ ਕਹਿੰਦਾ ਲੋਕ ਲਾਗੇ ਤੇ ਮੈਨੇ ਮਾਰਨ ਛੋਕ ਨੂੰ ਉਰਾ ਮੈਂ ਦਿਉ ਜੋਨੀ ਨਾ ਕਰਾਇਆ ਬਾਜ ਲਾਈਨ ਬਿਜਲੀ ਵਾਲੀ ਉਹੀ ਲਵਾ ਕੇ ਆਈਆਂ ਬਜਾਰੀਏ ਜਾਣੀ ਕਿਸੇ ਭਗਤ ਦੇ ਵੱਲੋਂ ਲਵਾਈ ਗਈ ਜਿਹੜੀ ਲਾਈਨ ਪਵਾਈ ਗਈ ਆ ਇਹ ਪਾ ਕੇ ਲਾਈਆ ਇੱਕ ਸਟਾਰ ਬਰਮ ਉਧਰ ਇੱਕ ਜੋ ਹੈ ਦੋ ਲਵਾਦੀਆਂ ਬਾਬੇ ਕਾ ਖਰਾਬ ਹੋ ਜਾ ਦੋ ਠੀਕ ਐ ਦੋੜ ਪਪਾ ਉਹਨੇ ਲਵਾਈਆ 7 ਸਾਲ ਵਿਚੇ ਦੀ ਕੁੜੀ ਹੋ ਗਈ ਨਾਗੇ ਨਹੀਂ ਆਪਣੇ ਲੋਕ ਲਾਗੇ ਦੇ ਕਹਣ ਜੋ ਇਸ ਤਰ੍ਹਾਂ ਜਉਦੋ ਪਹਿਲਾਂ ਉਹਨਾਂ ਦੇ ਕੋਈ ਬੱਚੇ ਹੀ ਹੈ ਨਹੀਂ ਸੀ ਨਾ 7 ਸਾਲਾਂ ਮਾ ਕੋਈ ਨਿਆਣਾ ਨਹੀਂ ਹੋਇਆ ਤਾਂ ਆਪਾ ਅੱਛਾ ਹਾਂਜੀ ਹਾਂ ਠੀਕ ਹੈ ਤੇ ਬਹੁਤ ਭਰਪੂਰ ਜਾਣਕਾਰੀ ਦਿੱਤੀ ਬਜ਼ੁਰਗਾਂ ਨੇ ਇਹ ਡੇਰਾ ਕਿਹੜਾ ਪਿੰਡ ਪੈਂਦਾ ਬਾਬਾ ਜੀ ਇਹ ਖਾਨਪੁਰ ਗੰਡਿਆਂ ਜੀ ਖਾਨਪੁਰ ਗੰਡਿਆਂ ਪਿੰਡ ਹੈ ਇਹ ਜ਼ਿਲ੍ਹਾ ਪਟਿਆਲਾ ਪੈ ਜਾਂਦਾ ਹੈ ਤਹਿਸੀਲ ਰਾਜਪੁਰਾ ਪੈ ਜਾਂਦੀ ਆ ਜੇਕਰ ਕੋਈ ਕਿਸੇ ਨੇ ਆਉਣਾ ਹੋਵੇ ਤਾਂ ਆ ਵੀ ਸਕਦਾ ਹੈ ਇਮਾਨਤਾ ਦਿਖਾਉਣ ਦੀ ਕੋਸ਼ਿਸ਼ ਕੀਤੀ ਦੇਖ ਸਕਦੇ ਹੋ ਕਿ ਉੱਥੇ ਵੀ ਇਸ ਵਕਤ ਵੀ ਕੁੱਤੇ ਆਰਾਮ ਫਰਮਾਰੇ ਆ ਤੇ ਇਹ ਇਹ ਪਿੰਡ ਦੇ ਲੋਕ ਇਹਨਾਂ ਨੂੰ ਦਰਵੇਸ਼ ਕਹਿੰਦੇ ਆ ਦੂਜੇ ਪਾਸੇ ਦੇਖ ਸਕਦੇ ਹੋ ਕਿ ਉਧਰਲੇ ਪਾਸੇ ਵੀ ਕੁੱਤੇ ਪਏ ਆ ਉਧਰਲੇ ਪਾਸੇ ਵੀ ਕੁੱਤੇ ਪਏ ਆ ਜਾਨੀ ਇਹ ਇਹਨਾਂ ਦਾ ਡੇਰਾ ਆਬਦ ਹੈਗਾ 40 ਕਿੱਲੇ ਜ਼ਮੀਨ ਇਹਨਾਂ ਕੁੱਤਿਆਂ ਦੇ ਨਾਂ ਬੋਲਦੀ ਹੈ ਜਿੱਥੇ ਵੀ ਇਹ ਕਹਿੰਦੇ ਪੈਣਾ ਚਾਹਣ ਜਿਹੜਾ ਵੀ ਕੁਝ ਖਾਣਾ ਚਾਹਣ ਉਹ ਇਹਨਾਂ ਨੂੰ ਮਿਲਦਾ ਹੈਗਾ ਤੇ ਬਾਬਿਆਂ ਨੇ ਇਹ ਇਹਨਾਂ ਨੂੰ ਆਖਿਆ ਸੀ ਕਿ ਇਹਨਾਂ ਦੀ ਪੂਜਾ ਕਰਿਓ ਬਾਬੇ ਨੇ ਇਹ ਗੱਲ ਵੀ ਦੱਸੀ ਕਿ ਪਿੰਡ ਦੇ ਵਿੱਚ ਕੋਈ ਵੀ ਕਿਤੇ ਵੀ ਵਿਆਹ ਵੀ ਹੁੰਦਾ ਨਾ ਤਾਂ ਪਹਿਲਾਂ ਇੱਥੇ ਆ ਕੇ ਰੋਟੀ ਤੇ ਜਿਹੜਾ ਕੁਝ ਬਣਾਇਆ ਹੁੰਦਾ ਉਹ ਇੱਥੇ ਕੁੱਤਿਆਂ ਨੂੰ ਛਕਾਉਣਾ ਪੈਂਦਾ ਤੇ ਫੇਰ ਆਪ ਛਕਣਾ ਪੈਂਦਾ ਇਹ ਡੇਰੇ ਦੀ ਕਹਿੰਦੇ ਮਾਨਤਾ ਹੈ ਤੇ ਬਹੁਤ ਸਾਰੀ ਕਰਾਮਾਤੀ ਜਗ੍ਹਾ ਇਹ ਦੇਖ ਸਕਦੇ ਹੋ ਕਿ ਬਹੁਤ ਵੱਡਾ ਡੇਰਾ ਹੈ ਇਹ ਤੇ ਬਹੁਤ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਊਗੀ ਸ਼ੇਅਰ ਵੀ ਜ਼ਰੂਰ ਕਰ ਦਿਓ ਤੇ ਚੰਗੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸ ਦਿਓ ਬਹੁਤ ਬਹੁਤ ਧੰਨਵਾਦ ਜੁੜੇ ਰਹੋ ਘੈਂਟ ਪੰਜਾਬੀ ਦੇ ਨਾਲ